ਲੋ ਜੀ ਦੋਸਤੋ ਆ ਗਿਆ ਯੂ ਟਰਨ ਤੇ ਇਹ ਯੂ ਟਰਨ ਸਾਨੂੰ ਲੈ ਕੇ ਜਾਊਗਾ ਪੁਸ਼ਪਾ ਗੁਜਰਾਲ ਗੇਟ ਆਫ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਹ ਮਿਲ ਗਈ ਹੈ ਸਾਨੂੰ ਪਾਰਕਿੰਗ ਕਿਹਾ ਸੀਗਾ ਨੀਲੇ ਡਰਮ ਤੋਂ ਰਾਈਟ ਹੋ ਜਾਣਾ ਆ ਇੱਥੇ ਬੋਰਡ ਵੀ ਲੱਗਾ ਹੋਇਆ ਪਾਰਕਿੰਗ ਕਾਰ ਹਾਂਜੀ ਗੱਡੀ ਹੋ ਗਈ ਆਪਾਂ ਇਹਦੇ ਆਪਾਂ ਵਾਲਟ ਚੱਕ ਲਈਏ ਇਹ ਸਾਡਾ ਵਾਲਟ ਆ ਗੈਸ ਕੰਪਨੀ ਦਾ ਵਾਲਟ ਆ ਪਰ ਇਹਦਾ ਕੀ ਫਾਇਦਾ ਸਮਾਨ ਤਾਂ ਸਾਨੂੰ ਆਪ ਹੀ ਪਾਉਣਾ ਪੈਣਾ ਵਿੱਚ ਇਹਦੇ ਪੈਸੇ ਵੀ ਆਪ ਹੀ ਪਾਉਣੇ ਪੈਣੇ ਗੈਸ ਕੰਪਨੀ ਨੇ ਤਾਂ ਪਾਉਣੇ ਨਹੀਂ ਜਿਹੜੇ ਕਾਰ ਦੇ ਮਾਲਕ ਆ ਡੋਰ ਖੁੱਲ੍ਹਾ ਛੱਡ ਗਏ ਆ ਕਹਿੰਦੇ ਡਰਾਈਵਰ ਆਪ ਹੀ ਬੰਦ ਕਰ ਦਿੰਦੇ ट्री प्लांटेशन क्या है हाँ ये फ्लावर्स जो है मम्मी को बहुत अच्छे लगे हैं बहुत ही अच्छे हैं तो ये ट्री प्लांटेशन का काम इन्होंने किया हुआ है ये तो बहुत खतरनाक किया हुआ है देखिए आप इतना अच्छा व्यू लगा बहुत साल पहले जो स्कूल पढ़ते थे उदो एक बार साइंस सिटी आए थे उदो नवा बनया से चलो देखते हैं आज किदा दा लगदा डोंट केयर बता लिया अपना हां जी पीपल केम टू शिकागो इंक्लूडिंग लुइस एक ही का नाम हैगा वा टायरानोसॉरस आ गई चीज आई ये एक चंद्रयान बनना ਹੁਣ ਜਿਹੜਾ ਕੱਲ ਪਰਸੋਂ ਜਿਹੜੇ ਉਹ ਕਿਹੜਾ ਸੀ ਹਾਂ ਉਹ 3 ਸੀ 3 ਸੀਗਾ ਨਾ ਹਾਂ ਇਹਦਾ ਜਿਹੜਾ ਇਦਾਂ ਨਾ ਹਿੱਸਾ ਉੱਪਰੋਂ ਜਿਹੜਾ ਇਹ ਸਾਬ ਉੱਡ ਜਾਣਾ ਆਹੀ ਚੀਜ਼ ਰਹਿ ਜਾਣੀ ਹੈ ਅੱਛਾ ਇਹਨੇ ਉੱਪਰ ਜਾ ਕੇ ਕਰਨਾ ਕੀ ਫਿਰ ਮਤਲਬ ਕੀ ਇਹਨੇ ਫੋਟੋਆਂ ਭੇਜਣੀਆਂ ਉੱਪਰ ਆ ਕੁਝ WhatsApp ਤੇ ਭੇਜੂਗਾ ਆ ਮੈਨੂੰ ਲੱਗਦਾ ਉਹ ਆ ਚੰਦਰਨ ਬੰਦਾ ਜਿਹੜਾ PSLV ਆ ਇੱਧਰ ਲਿਖਿਆ ਦੇਖੋ ਜੀ PSLV C11 आ भी कुछ है गए है बंदे आ देखो जी आ अंकल हूँ ही मैं लगता उपर पहुंचे जेडे वो इनफॉर्मेशन भी मैंशन की पहुंच गए मून ते मून ते चाचा हेलमेट थोड़ा बड़ा पा लिया मम्मी ये कौन है जी कल्पना चावला मैनू लभदी सी मैं ओदी फोटो नहीं किते बनी केड़ी कल्पना चावला अच्छा तो ये इंडियन पिक्स पीकॉक ले लो अंदर आ शटर मोर दिया लगा दे ये है ये स्टेट बर्ड आ तो मैंने लगदा एनाटॉमी ऑफ फ्लाई बेसिक फ्लाइंग लाइक पता नहीं ये थोड़ा एक्सप्लेन किया हुआ है शटर मोर का नहीं बाज 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 आज उनका नंबर दिखाओ लाइट जग रही थी देखो उपर रोक आ जो एलकोहल फ्यूल टैंक जितने ग्रीन लाइट जग रही पी पी है मतलब इतना सारा आ दिखाया हुआ है देखो बटन इतों प्रेस करो इधर आ दिखाओ इधर बटन इधर प्रेस करने उधर देखो वो लाइट जग रही है ये मतलब इतों आप देख सकते की चीज़ है देखो जी आ देख रहे वीडियो च आ रहा ये हैगा वीनस कला यही ग्रह है जो क्लॉकवाइज घूमता घटिया देखो जी आ देखो एस्ट्रोनॉट लगता पा ना मैं yes. इधर भी छोटे आ छोटे है ठीक है जी पीछे तैयारी करके चाहिए पिछे दिखाओ थोड़ा पिछे पिछे हो जाओ सारा तैयारी है देखो साड़ी चार देखो इधर आओ लाल ग्रह मंगल की यात्रा देखो आ देखो जेडे लगे ना बटन और सामने सैटेलाइट दिखाओ इतने दिखाते पे ना कैमरा लाइट जग रही आ है रॉकेट बॉक्स आ इलेक्ट्रॉनिक बॉक्स है सोलर पैनल है एंटीना लगा हुआ
ਤੁਸੀਂ ਸੋਚਦੇ ਹੋਣੇ ਵੀ ਸਾਇੰਸ ਸਿਟੀ 'ਚ ਕਰਨ ਕੀ ਆਏ ਹਾਂ। ਸਾਇੰਸ ਸਿਟੀ ਐਕਚੁਲੀ ਸੀ, ਮੈਂ ਤੇ ਮੰਮੀ ਗਏ ਸੀ ਕਪੂਰਥਲੇ ਕਿਸੇ ਕੰਮ, ਉਹ ਸਾਡਾ ਕੰਮ ਜਲਦੀ ਹੋ ਗਿਆ ਅਤੇ ਫਿਰ ਅਸੀਂ ਸੋਚਿਆ ਵੀ ਰਾਹ 'ਚ ਦੋ ਤਿੰਨ ਵਾਰੀ ਨੰਗੇ ਹਾਂ ਅਤੇ ਇੱਥੇ ਸਾਇੰਸ ਸਿਟੀ ਸਾਨੂੰ ਦੇਖਦੀ ਰਹਿ ਜਾਂਦੀ ਵੀ ਅਸੀਂ ਇੱਥੋਂ ਇੱਦੀ ਲੰਘ ਜਾਂਦੇ ਹਾਂ ਸਾਇੰਸ ਸਿਟੀ ਆਉਂਦੇ ਹਾਂ। ਇਸ ਕਰਕੇ ਇਸ ਵਾਰ ਅਸੀਂ ਸੋਚਿਆ ਵੀ ਇੱਥੇ ਗੇੜੀ ਮਾਰ ਲਈਏ। ਜਿਹੜੇ ਬੰਦੇ ਕੁਛ ਇਨਫੋਰਮੇਸ਼ਨ ਗੇਨ ਕਰਨਾ ਚਾਹੁੰਦੇ ਆ, ਜਿਹੜੇ ਛੋਟੇ ਬੱਚੇ ਆ, ਉਹਨਾਂ ਨੂੰ ਤਾਂ ਜ਼ਰੂਰ ਲੈ ਕੇ ਆਉਣਾ ਚਾਹੀਦਾ ਸਾਇੰਸ ਬਾਰੇ। ਬਹੁਤ ਵਧੀਆ ਇੱਥੇ ਐਕਸਪਲੇਨ ਕੀਤਾ ਹੋਇਆ ਸਭ। ਹੁਣ ਮੈਨੂੰ ਪਤਾ ਲੱਗਾ ਮੈਂ ਇੱਦਾਂ ਦੀ ਮਸ਼ੀਨ ਕਿਤੇ ਲੱਗੀ ਆ ਜਿਹਦੇ 'ਤੇ ਵੇਵ ਕਰੋ ਇੱਦਾਂ ਬਿਜਲੀ ਲਿਸ਼ਕਣੀ ਆ। ਬੰਦ ਹੋ ਗਈ ਨਾ ਲਾਈਟ, ਉਹ ਹਾਈਡਰੋ ਇਲੈਕਟ੍ਰਿਕ ਸੋਲਰ ਆ ਸੋਲਰ ਨਾਲ ਵਧੀਆ ਚੱਲਦਾ। ਪੋਜ਼ੀਟਿਵ ਬੰਦਿਆਂ ਨੂੰ ਨੈਗੇਟਿਵ ਬੰਦਿਆਂ ਦਾ ਦੂਰ ਆਉਣਾ ਚਾਹੀਦਾ, ਪਰ ਇਹਦੇ ਵਿੱਚ ਅਟਰੈਕਸ਼ਨ ਦਿਖਾਈ ਹੋਈ ਹੈ। ਦੇਖੋ ਜੀ ਬਟਨ ਦੱਬੇ ਤਾਂ ਉਹ ਅਟਰੈਕਟਿਵ ਹੋ ਰਿਹਾ। ਉਹ ਪਹਿਲਾਂ ਇੱਥੋਂ ਡਿਸਟੈਂਸ ਆਪਾਂ ਸਿਲੈਕਟ ਕਰ ਲਿਆ ਵੀ 100 ਕਿਲੋਮੀਟਰ ਆ ਨਾ, ਫਿਰ ਇਹਨਾਂ ਨੂੰ ਵੋਲਟ ਸਿਲੈਕਟ ਕਰਕੇ ਫਿਰ ਪਹਿਲੇ ਪਿੰਡ 'ਚ ਬਿਜਲੀ ਭੇਜੀ ਆਪਾਂ, ਬਿਜਲੀ ਆ ਗਈ ਇੱਧਰ, ਫਿਰ ਦੂਜੇ ਪਿੰਡ 'ਚ ਭੇਜਤੀ ਇੱਧਰ, ਫਿਰ ਤੀਜੇ ਪਿੰਡ 'ਚ ਭੇਜਤੀ। ਜਨਰੇਟਰ ਚੱਲ ਪਿਆ ਵੀ, ਹੱਥ ਹਿਲਾ ਕੇ ਜਨਰੇਟਰ, ਇੱਧਰ ਮੋਟਰ ਚੱਲਣ ਲੱਗੀ ਹੈ। ਚੱਕ ਦੇ ਪੰਪ ਵੀ ਹੈਗਾ ਨਾ, ਤੂੰ ਚੱਕ, ਪਾਣੀ ਆ ਗਿਆ। ਹਾਂਜੀ ਹਾਂਜੀ ਮੈਡਮ, ਮੈਂ ਆਜੋ ਆਜੋ। ਉਹ ਸਮਾਨ ਤਾਂ ਦੱਸਿਆ ਨਹੀਂ ਵੀ, ਕੂਪਨ 'ਤੇ ਸਮਾਨ ਮਿਲਿਆ ਜੀ, ਕੂਪਨ ਵੀ ਸੀਗਾ ਇੱਕ ਨਾਲ ਮਿਲਿਆ ਟਿਕਟ ਦੇ ਨਾਲ, ਉਹਦੇ ਨਾਲ ਇੱਕ ਲੇਸ ਅਤੇ ਇੱਕ ਐਪੀ ਚੀਜ਼ ਮਿਲ ਗਈ। ਹਾਂਜੀ ਡਨ ਫੋਰ ਦਾ ਡੇ, ਜਲਦੀ ਕਰੋ ਜਲਦੀ ਕਰੋ। ਆਏ ਸੀਗੇ ਇੱਥੇ, ਸੈਂਸਰ ਦਿਖਾ ਰਿਹਾ ਸੀਗਾ ਟਾਇਰ ਪ੍ਰੈਸ਼ਰ ਘੱਟ, ਟਾਇਰ ਪ੍ਰੈਸ਼ਰ ਤਾਂ ਉਹਨੇ ਪੂਰਾ ਕਰਤਾ ਪਰ ਉਹਨੂੰ ਲੱਗ ਰਿਹਾ ਵੀ ਪੈਂਚਰ ਲੱਗ ਗਿਆ। ਪੈਂਚਰ ਜੈਕ ਆ ਗਿਆ ਥੱਲੇ, ਪੈਂਚਰ ਹੋ ਗਿਆ ਡਨ, ਪੈਂਚਰ ਸੀਗਾ ਮੈਡਮ। ਮੈਡਮ ਜੀ